ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ ਤੇ ਜਨਰਲ ਪੰਜਾਬ ਵੈਦਰ ਦੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਮੌਸਮ ਦੀ ਜਾਣਕਾਰੀ ਅੱਜ 13 ਅਗਸਤ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਕਿਹੜੇ ਕਿਹੜੇ ਇਲਾਕਿਆਂ ਵਿੱਚ ਮੀਂਹ ਪੈਣ ਦੇ ਹਾਲਾਤ ਨੇ ਸੋ ਕਿ ਜਿਹੜੇ ਇਲਾਕੇ ਲਗਭਗ ਅੱਜ ਸਵੇਰ ਦੇ ਸਮੇਂ ਤੋਂ ਹੀ ਬੱਦਲਵਾਈ ਦੀ ਹੇਠ ਕਵਰ ਰਹੇ ਨੇ ਜਿਹਦੇ ਵਿੱਚ ਆਪਾਂ ਗੱਲ ਕਰੀਏ ਤਾਂ ਐਸਵੀਐਸ ਨਗਰ ਤੋਂ ਲੁਧਿਆਣੇ ਦੇ ਕੁਝ ਭਾਗ ਕਪੂਰਥਲਾ ਫਤਿਹਗੜ੍ਹ ਸਾਹਿਬ ਐਸਐਸ ਨਗਰ ਹੋ ਗਿਆ ਮੋਹਾਲੀ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਬੱਸੀ ਪਠਾਨਾ ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਤੋਂ ਲੱਗ ਪਟਿਆਲਾ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਸਵੇਰ ਤੋਂ ਹੀ ਬੱਦਲਬਾਈ ਬਣੀ ਹੋਈ ਹੈ ਚੰਗੀਆਂ ਹਵਾਵਾਂ ਚੱਲ ਰਹੀਆਂ ਜਿਸ ਕਾਰਨ ਗਰਮੀ ਦਾ ਅਹਿਸਾਸ ਕਾਫੀ ਘਟਿਆ ਹੋਇਆ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਰੂਪ ਤੱਕ ਬੱਦਲਬਾਈ ਬਣੀ ਹੈ ਤੇ ਇਸ ਤੋਂ ਬਾਅਦ ਹੁਣ ਜਿਹੜੇ ਇਲਾਕਿਆਂ ਵਿੱਚ ਮੀਂਹ ਪੈਣ ਦੇ ਹਾਲਾਤ ਅਜੇ 3 ਵਜੇ ਤੋਂ ਲੈ ਕੇ 5 ਜਾਂ 6 ਵਜੇ ਤੱਕ ਬਣ ਸਕਦੇ ਫਾਜ਼ਿਲਕਾ ਹੋ ਗਿਆ ਮੁਕਸਰ ਅਤੇ ਬਠਿੰਡਾ ਦੇ ਜ਼ਿਲ੍ਹਿਆਂ ਦੇ ਕੁਝ ਭਾਗ ਹੋਣਗੇ ਇਹਨਾਂ ਇਲਾਕਿਆਂ ਵਿੱਚ ਮੀਂਹਾਂ ਦੀ ਕਮੀ ਪਿਛਲੇ ਕਾਫੀ ਦਿਨਾਂ ਤੋਂ ਰਹੀ ਹੈ ਸੋ ਇਹਨਾਂ ਇਲਾਕਿਆਂ ਵਿੱਚ ਮੀਂਹ ਪੈਣ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੇਗੀ ਤਾਂ ਉੱਥੇ ਸੋਕੇ ਵਰਗੀਆਂ ਸਿਟੀਆਂ ਤੋਂ ਵੀ ਥੋੜੀ ਰਾਹਤ ਮਿਲ ਸਕਦੀ ਹੈ ਹਾਲਾਂਕਿ ਇਹਨਾਂ ਜ਼ਿਲ੍ਹਿਆਂ ਦੇ ਸਾਰੇ ਭਾਗਾਂ ਵਿੱਚ ਮੀਂਹ ਨਹੀਂ ਪਵੇਗਾ ਪਰ ਫਿਰ ਵੀ ਫਾਜ਼ਿਲਕਾ ਮੇਨ ਸ਼ਹਿਰ ਅਬੋਹਰ ਤੇ ਉਹਨਾਂ ਦੇ ਨਾਲ ਲੱਗਦੇ ਇਲਾਕੇ ਤੇ ਹੋ ਸਕਦਾ ਹੈ ਕਿ ਜਲਾਲਾਬਾਦ ਤੱਕ ਵੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਅਤੇ ਇਸ ਤੋਂ ਇਲਾਵਾ ਮੁਕਸਰ ਸਾਹਿਬ ਦੇ ਕਈ ਭਾਗ ਹੋ ਜਾਣਗੇ ਜੋ ਬਠਿੰਡਾ ਦੇ ਕਰੀਬ ਆਏ ਜਾਂਦੇ ਨੇ ਜਿਵੇਂ ਗਿੱਦੜਵਾਹਾ ਹੋ ਗਿਆ ਤੇ ਉਹਦੇ ਨਾਲ ਲੱਗਦੇ ਇਲਾਕੇ ਬਠਿੰਡਾ ਦੇ ਵਿੱਚ ਬਠਿੰਡਾ 메ਨ ਸ਼ਹਿਰ ਤੋਂ ਰਵੰਡੀ ਸਾਬੂ ਮੌੜ ਹੋ ਗਿਆ ਤੇ ਇਸ ਤੋਂ ਇਲਾਵਾ ਮਾਨਸਾ ਜ਼ਿਲ੍ਹਾ ਦੇ ਕੁਝ ਭਾਗ ਹੋਣਗੇ ਜੋ ਬਠਿੰਡਾ ਦੇ ਕਰੀਬ ਆਏ ਜਾਂਦੇ ਨੇ ਤੇ ਹਰਿਆਣਾ ਸਾਈਡ ਵੱਲ ਪੈਂਦੇ ਨੇ ਇਹਨਾਂ ਸਾਰੇ ਇਲਾਕਿਆਂ ਵਿੱਚ ਆਪਾਂ ਨੂੰ ਲਗਭਗ 2-3 ਵਜੇ ਤੋਂ ਲੈ ਕੇ 4-5-6 ਵਜੇ ਦੇ ਦਰਮਿਆਨ ਇਹਨਾਂ 2-3 ਘੰਟਿਆਂ ਵਿੱਚ ਚੰਗਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਕੁਝ ਇਲਾਕਿਆਂ ਵਿੱਚ ਮੀਂਹ ਹਲਕੇ ਤੋਂ ਦਰਮਿਆਨਾ ਤੇ ਇੱਕ ਦੋ ਸਥਾਨਾਂ ਤੇ ਚੰਗਾ ਭਰਮਾ ਮੀਂਹ ਵੀ ਪੈ ਇਸ ਤੋਂ ਇਲਾਵਾ ਬਾਕੀ ਪੰਜਾਬ ਵਿੱਚ ਬੱਦਲਵਾਈ ਇਸ ਤਰ੍ਹਾਂ ਦਰਮਿਆਨੇ ਰੂਪ ਤੱਕ ਬਣੀ ਰਹੇਗੀ ਤੇ ਹੋ ਸਕਦਾ ਹੈ ਕਿ ਸ਼ਾਮ ਵੇਲੇ ਤੱਕ ਹੋਰ ਵੀ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਦੀ ਬੂੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਤੇ ਉਹਦੀ ਜੋ ਵੀ ਅਪਡੇਟ ਆਵੇਗੀ ਸ਼ਾਮ ਤੋਂ ਲੈ ਕੇ ਰਾਤ ਵਾਲੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਕਿ ਰਾਤ ਦੇ ਸਮੇਂ ਕਿਹੜੇ-ਕਿਹੜੇ ਇਲਾਕਿਆਂ ਵਿੱਚ ਮੀਂਹ ਪੈਣ ਦੇ ਹਾਲਾਤ ਬਣਨਗੇ ਸੋ ਉਦੋਂ ਤੱਕ ਲਈ ਇਜਾਜ਼ਤ ਦਿਓ ਤੇ ਲਗਾਤਾਰ ਮੌਸਮੀ ਅਪਡੇਟ ਦੀ ਚੈਨਲ ਪੰਜਾਬ ਵੈਦ ਨਾਲ ਬਨੇ ਰਹੋ ਧੰਨਵਾਦ ਜੀ